ਸੱਚ ਚੰਦਰਮਾ
अंधेरे रहा न कहो कल कहती राजे एक साथ कलकत्ता।
ਰਾਜੇ ਕਸਾਈ ਰਾਜੇ ਕਸਾਈ ਧਰਮ ਪੰਖ ਕਰ ਉੱਡਰਿਆ ਧਰਮ ਪੰਖ ਕਰ ਉੱਡਰਿਆ ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀ ਸੱਚ ਚੰਦਰਮਾ ਦਿਸੇ ਨਾਹੀ ਕੇ ਛੜਿਆ ਦਿਸੇ ਨਾਹੀ ਧਰਮ ਪੰਖ ਕਰ ਉੱਡਰਿਆ ਦਿਸੈ ਨਾਹੀ ਕਾਲ ਨਾਹੀ ਯੋਗ ਨਾਹੀ ਕਾਲ ਨਾਹੀ ਯੋਗ ਨਾਹੀ ਨਾਹੀ ਸਤ ਕਾ ਢਬ ਥਾਨ ਸਟ ਜਗ ਭ੍ਰਿਸ਼ਟ ਹੋਏ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ ਡੂਬਤਾ ਇਵ ਜਗ ਧਰਮ ਪੰਖ ਕਰ ਉੱਡਰਿਆ ਡੂਬਤਾ ਇਵ ਜਗ ਕਲ ਮੈਂ ਰਾਮ ਨਾਮ ਸਾਰ ਕਲ ਮੈਂ ਰਾਮ ਨਾਮ ਸਾਰ ਅੱਖੀ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ ਠੱਗਣ ਕੋ ਸੰਸਾਰ ਆਠ ਸੇਤੀ ਨਾਕ ਪਕੜੇ ਸੂਝਤੇ ਦਿਨ ਲੋ ਮਗਰ ਪਾਛੇ ਕਛ ਨਾ ਸੂਝੇ ਮਗਰ ਪਾਛੇ ਕਛ ਨ ਸੂਝੈ ਇਹ ਪਦਮ ਅਲੋ ਖੱਤਰੀਆਂ ਤਾਂ
ਧਰਮ ਛੋੜਿਆ ਖੱਤਰੀਆਂ ਦਾ ਧਰਮ ਛੋੜਿਆ ਮਲੇ ਛੁਪਾਖਿਆ ਗਈ ਸ੍ਰਿਸ਼ਟ ਸਭ ਇੱਕ ਵਰਨ ਹੋਈ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਧਰਮ ਕੀ ਗਤ ਰਹੀ ਧਰਮ ਪੰਖ ਕਰ ਉੱਡਰਿਆ ਰੁਕਣਾ ਚਾਹੁੰਦਾ ਰਾਤ ਦੇ ਸਬਜੈਕਟ ਨੂੰ ਨਾਲ ਜੋੜਨ ਲਈ ਰੁਕਣਾ ਚਾਹੁੰਦਾ ਰਾਤ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਬਦ ਸੀ ਜਿਹਦੇ ਵਿੱਚ ਇਹ ਲਫ਼ਜ਼ ਸਨ ਨਿਰਫੁਲ ਧਰਮ ਤਾਂ ਇਹ ਤੋਂ ਮਾਨਣਾ ਸਾਚ ਕਹਿ ਤੁਮੈ ਜਨ ਕੋ ਤੇ ਕਿਸ ਧਰਮ ਨੂੰ ਨਿਰਫੁਲ ਸਮਝੋ ਜਿਹਨੂੰ ਕੋਈ ਫਲ ਨਹੀਂ ਲੱਗਦਾ ਜਿਹਦਾ ਕੋਈ ਫਾਇਦਾ ਨਹੀਂ ਉਹਦਾ ਜ਼ਿਕਰ ਸੀ ਤੀਰਥ ਘਰ ਤਰ ਹੈ ਵਰਤ ਪੁਣ ਰੱਖੇ ਮੈਂ ਮਨੁਆ ਬਸ ਜਾਗੋ ਗੁਰੂ ਨਾਨਕ ਦਾ ਇਹ ਧਰਮ ਨਹੀਂ ਸੀ ਗੁਰੂ ਨਾਨਕ ਵਾਰ ਵਾਰ ਇਹ ਕਹਿ ਰਹੇ ਸਨ ਕੇਵਲ ਤੇ ਕੇਵਲ ਨਾਮ ਧਰਮ ਹੈ ਰਾਤ ਇਹ ਵੀ ਲਫ਼ਜ਼ ਆਏ ਸਨ ਕਿ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਧਰੀ ਇੱਕ ਨਾਮ ਧਰਮ ਬਸ ਉਹਨਾਂ ਨੇ ਧਰਮ ਦੇ ਵੱਖ ਵੱਖ ਰੂਪ ਬਣਾ ਦਿੱਤੇ ਸਨ ਜਿਹਦਾ ਜ਼ਿਕਰ ਵੀ ਬਾਣੀ ਵਿੱਚ ਰਾਤ ਆਇਆ ਸੀ ਕਿ ਬਹੁ ਵਿਧ ਧਰਮ ਨਰੂਪੀ ਹੈ ਕਰਤਾ ਦੀ ਸਹਿ ਸਭ ਲੋਏ ਬੜੇ ਤਰ੍ਹਾਂ ਦੇ ਧਰਮ ਬਣ ਗਏ ਤੇ ਜਦੋਂ ਇੱਕ ਦੀ ਥਾਂ ਬਹੁਤੇ ਹੋ ਜਾਣ ਤਾਂ ਉੱਥੋਂ ਨਫ਼ਰਤ ਪੈਦਾ ਹੋਈ ਇੱਕ ਦੂਜੇ ਦੇ ਧਰਮ ਨੂੰ ਨੀਵਾਂ ਦਿਖਾਉਣ ਲਈ ਕੋਸ਼ਿਸ਼ਾਂ ਸ਼ੁਰੂ ਹੋਈਆਂ ਟਕਰਾਓ ਹੋਇਆ ਤੇ ਅੱਜ ਦਾ ਜਿਹੜਾ ਮਾਹੌਲ ਹੈ ਜਿੰਨਾ ਝਗੜਾ ਇਖਤਲਾਫ ਟਕਰਾਓ ਉਹ ਧਰਮ ਦੇ ਨਾਮ 'ਤੇ ਹੈ ਪਰ ਧਰਮ ਇੱਕ ਸ਼ਬਦ ਐਸਾ ਹੈ ਜਿਹਦਾ ਸਤਿਕਾਰ ਜਿਹਦਾ ਮਾਣ ਸਨਮਾਨ ਜਿਹਦੇ 'ਤੇ ਵਿਸ਼ਵਾਸ ਦੁਨੀਆ ਕਰਦੀ ਹੈ
ਜੇ ਕਿਸੇ ਸੰਸਾਰ ਦੇ ਲੋਕਾਂ ਨੂੰ ਆਪਣੀ ਭੇਡ ਚਾਲ ਪਿੱਛੇ ਪਿੱਛੇ ਲਗਾਉਣ ਲਈ ਕਿਸੇ ਵੀ ਆਗੂ ਨੇ ਕੋਸ਼ਿਸ਼ ਕੀਤੀ ਤਾਂ ਉਹਦਾ ਕੋਲ ਸਾਧਨ ਇੱਕੋ ਸੀ ਕਿ ਕਿਸੇ ਧਰਮ ਦਾ ਸਹਾਰਾ ਲਿਆ, ਕਿਉਂਕਿ ਧਰਮ ਦੇ ਨਾਮ 'ਤੇ ਲੋਕ ਵਿਸ਼ਵਾਸ ਕਰ ਜਾਂਦੇ ਨੇ। ਮੈਂ ਇੱਕ ਵਾਰ ਐਗਜ਼ਾਮਪਲ ਵੀ ਦਿੱਤੀ ਸੀ ਕਿ ਆ ਸੜਕਾਂ 'ਤੇ ਤੁਸੀਂ ਦੇਖਦੇ ਹੋ ਲੋਹੇ ਦੇ ਟਰੱਕ ਭਰੇ ਹੋਏ, ਲੱਕੜ ਦੇ ਭਰੇ ਹੋਏ ਟਰੱਕ ਤੋਲਣ ਲਈ ਕੰਡੇ ਲੱਗੇ ਹੁੰਦੇ ਨੇ। ਆਮ ਲੋਕਾਂ ਕੋਲ ਵੀ ਤਰਾਜ਼ੂ ਹੁੰਦੇ ਨੇ, ਪਰ ਸੁਨਾਰ ਕੋਲ ਵੀ ਇੱਕ ਤਰਾਜ਼ੂ ਵੱਖਰਾ ਹੁੰਦਾ ਹੈ। ਉਹਦੇ 'ਤੇ ਲਿਖਿਆ ਹੁੰਦਾ ਹੈ ਧਰਮ ਕੰਡਾ। ਮੈਂ ਆਖਿਆ ਹੈਰਾਨ ਹੋਇਆ ਸੀ, ਇੱਕ ਐਗਜ਼ਾਮਪਲ ਸੀ ਵੀ ਤੋਲਣਾ ਤਾਂ ਲੋਹਿਆ ਹੈ, ਲੱਕੜਾਂ ਨੇ ਟਰੱਕ ਤੋਲਣਾ ਅਤੇ ਨਾ ਧਰਮ ਕੰਡਾ। ਧਰਮ ਕੰਡਾ ਅਤੇ ਲੋਕ ਵੀ ਕਿੰਨਾ ਵਿਸ਼ਵਾਸ ਕਰਦੇ ਨੇ, ਸੁਨਾਰਾ ਜਿਸ ਤਰ੍ਹਾਂ ਮਰਜ਼ੀ ਹੱਥ ਨਾਲ ਤੋਲ ਕੇ, ਜਿੰਨਾ ਮਰਜ਼ੀ ਇਮਾਨਦਾਰੀ ਨਾਲ ਤੋਲ ਕੇ ਦੇ ਦੇਵੇ, ਲੋਕ ਕਹਿੰਦੇ ਨੇ ਕਿਸੇ ਧਰਮ ਕੰਡੇ 'ਤੇ ਤੁਲਾ ਲਓ। ਲੋਕ ਉਸ ਗਹਿਣੇ ਨੂੰ ਧਰਮ ਕੰਡੇ 'ਤੇ ਤੁਲਾਉਂਦੇ ਨੇ ਅਤੇ ਜਿਸ ਧਰਮ ਕੰਡੇ 'ਤੇ ਤੁਲਾਉਂਦੇ ਨੇ ਉਹ ਧਰਮ ਕੰਡੇ ਵਾਲਾ ਇੱਕ ਪਰਚੀ ਦੇ ਦਿੰਦਾ, ਬਸ ਉਹ ਪਰਚੀ ਉਹਦੇ 'ਤੇ ਲਿਖਿਆ ਹੋਇਆ ਹੈ ਧਰਮ ਕੰਡਾ। ਧਰਮ ਸ਼ਬਦ ਲੋਕਾਂ ਦੇ ਵਿਸ਼ਵਾਸ ਦਾ ਪ੍ਰਤੀਕ ਹੈ। ਇਸੇ ਲਈ ਸੰਸਾਰ ਦੇ ਲੋਕ ਜਿੰਨਾ ਜ਼ੁਲਮ ਵੀ ਕਰਨਾ ਸੀ ਨਾ ਉਹਨਾਂ ਨੇ ਧਰਮ ਦਾ ਸਹਾਰਾ ਲਿਆ। ਲਓ ਮੈਂ ਰਾਤ ਦੇ ਟੌਪਿਕ ਨੂੰ ਨਾਲ ਜੋੜਨਾ ਚਾਹੁੰਦਾ, ਧਰਮ ਦਾ ਸਹਾਰਾ ਲਿਆ। ਔਰ ਅਜੀਬ ਘਟਨਾ ਇਹ ਵਾਪਰੀ ਕਿ ਧਰਮ ਬਹੁਤ ਤਰ੍ਹਾਂ ਦਾ ਹੋ ਗਿਆ, ਹਰ ਕਿਸੇ ਨੇ ਆਪਣਾ ਧਰਮ ਕੰਡਾ ਤਿਆਰ ਕਰ ਲਿਆ, ਲੋਕ ਉਸੇ 'ਤੇ ਵਿਸ਼ਵਾਸ ਕਰਨ ਲੱਗ ਪਏ, ਉਸੇ 'ਤੇ ਸਿਦਕ ਆ ਗਿਆ। ਅੱਜ ਦੁਨੀਆ ਵੰਡੀ ਗਈ, ਸੰਸਾਰ ਵੰਡਿਆ ਗਿਆ ਧਰਮ ਦੇ ਨਾਮ ਤਰਲੇ। ਮੈਂ ਰਾਤ ਵਾਲੇ ਲਫ਼ਜ਼ ਨੂੰ ਫਿਰ ਜੋੜਾਂ, ਇਸ ਲਈ ਆਖਿਆ ਸੀ ਗੁਰੂ ਨਾਨਕ ਨੇ ਆਖਿਆ ਮੈਂ ਵੀ ਧਰਮ ਦਿੱਤਾ ਹੈ ਲੇਕਿਨ ਤੁਹਾਡੇ ਮੇਰੇ ਧਰਮ ਵਿੱਚ ਫਰਕ ਹੈ। ਕਿਉਂਕਿ ਜਿਨ੍ਹਾਂ ਨੇ ਬਹੁਤੇ ਧਰਮ ਤਿਆਰ ਕਰਨੇ ਸਨ ਵੱਖ ਵੱਖ ਲੋਕਾਂ ਨੇ, ਉਹਨਾਂ ਨੇ ਫਰਕ ਤਾਂ ਪਾਉਣਾ ਸੀ ਨਾ, ਹਰ ਕਿਸੇ ਇਆਲੀ ਨੂੰ ਆਪਣੀਆਂ ਭੇਡਾਂ ਨੂੰ ਰੰਗ ਕਰਨ ਲਈ ਰੰਗ ਵੱਖਰਾ ਕਰਾਉਣਾ ਪੜਾ, ਉਹਨੇ ਵੀ ਆਪਣੇ ਨਿਯਮ ਵੱਖਰੇ ਬਣਾ ਲਏ, ਮਰਿਆਦਾ ਵੀ ਕਈ ਹੋ ਗਈਆਂ। ਕਿਸੇ ਦਾ ਨਾਂ ਸ਼ਰ੍ਹਾਂ ਰੱਖਿਆ ਗਿਆ, ਕਿਸੇ ਦਾ ਨਾਂ ਸਿਮਰਤੀਆਂ ਰੱਖਿਆ ਗਿਆ, ਪਰ ਵੱਖ ਵੱਖ ਹੋਇਆ ਤਾਂ ਕਿ ਮਨੁੱਖ ਇੱਕ ਦੂਜੇ ਨਾਲ ਮਿਲ ਨਾ ਸਕੇ, ਟਕਰਾਓ ਹੋ ਗਿਆ। ਪਰ ਗੁਰੂ ਨਾਨਕ ਨੇ ਆਖਿਆ ਮੈਂ ਨਹੀਂ, ਮੈਂ ਤਾਂ ਇੱਕੋ 'ਤੇ ਖਲੋਣਾ ਚਾਹੁੰਦਾ। ਅੱਜ ਜੇ ਗੁਰੂ ਨਾਨਕ ਦੇ ਧਰਮ ਨਾਲੋਂ ਦੂਜੇ ਧਰਮਾਂ ਦਾ ਬੋਲਬਾਲਾ ਜ਼ਿਆਦਾ ਹੈ, ਧਰਮ ਸਥਾਨਾਂ 'ਤੇ ਵੀ ਹੈ, ਤਾਂ ਉਹਦਾ ਕਾਰਨ ਕੀ ਹੈ? ਕਿਉਂਕਿ ਗੁਰੂ ਨਾਨਕ ਨੇ ਆਖਿਆ ਮੇਰੇ ਧਰਮ ਦਾ ਸਹਾਰਾ ਇੱਕ ਨਾਮ ਹੈ ਬਸ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਧਰੀ
ਇੱਕ ਨਾਮ ਧਰਮ ਬਸ। ਜੇ ਕੋਈ ਤੀਰਥਾਂ 'ਤੇ ਜਾਂਦਾ ਮੈਂ ਨਹੀਂ ਆਖਦਾ, ਪਰ ਮੈਂ ਇੱਕ ਗੱਲ ਸਪਸ਼ਟ ਕਰਨਾ ਚਾਹੁੰਦਾ, ਤੀਰਥ ਨਾਵਣ ਜਾਉ ਤੀਰਥ ਨਾਮ ਹੈ। ਜੇ ਕੋਈ ਦਾਨ ਕਰਦਾ ਤਾਂ ਉਹ ਦਾਨ ਨੂੰ ਧਰਮ ਆਖਦਾ, ਪਰ ਮੈਂ ਤਾਂ ਇਹੋ ਕਹਿਣਾ ਕਿ ਹੇ ਪ੍ਰਭੂ ਦਾਨ ਵੀ ਨਾਮ ਦਾ, ਮੰਗੋ ਆਰਾਮ ਅਤੇ ਇੱਕ ਦਾਨ, ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ। ਬਸ ਮੇਰਾ ਦਾਨ ਵੀ ਨਾਮ ਹੈ, ਮੇਰਾ ਇਸ਼ਨਾਨ ਵੀ ਨਾਮ ਹੈ, ਪਰ ਜਿਨ੍ਹਾਂ ਨੇ ਵੱਖ ਵੱਖ ਧਰਮ ਬਣਾਇਆ ਉਹਨਾਂ ਨੇ ਸਭ ਚੀਜ਼ ਨੂੰ ਵੱਖ ਵੱਖ ਕਰ ਦਿੱਤਾ। ਆਸ ਦਾਨ, ਗਜ ਦਾਨ, ਸੇਜਾ ਨਾਰੀ, ਭੂਮ ਦਾਨ, ਐਸੋ ਦਾਨ ਨਿਤ ਨਿਤ ਕੀ ਜੈ, ਨਿਤ ਨਿਤ ਹੈ ਕੀ ਜੈ, ਰਾਮ ਨਾਮ ਸਰ ਤਉ ਨਾ ਪੁਜੈ। ਮਸਲਾ ਇਹ ਆ ਗਿਆ। ਹੁਣ ਗੁਰੂ ਨਾਨਕ ਦਾ ਧਰਮ ਸੀ ਇੱਕ ਨਾਮ, ਇੱਥੇ ਇੱਕ ਦੂਜਾ ਨਾਹੀਂ ਔਰ ਕੋ, ਜਿੱਥੇ ਇੱਕ ਉੱਥੇ ਲਫਜ਼ ਕਹਿ ਦਿੱਤਾ, ਇੱਕੋ ਤਖਤ ਇੱਕੋ ਪਾਤਸ਼ਾਹ। ਬਸ ਮੇਰਾ ਤਖਤ ਵੀ ਇੱਕੋ ਹੈ, ਮੇਰਾ ਪਾਤਸ਼ਾਹ ਵੀ ਇੱਕੋ ਹੈ, ਮੇਰਾ ਧਰਮ ਵੀ ਇੱਕੋ ਹੈ, ਮੇਰਾ ਨਾਮ ਵੀ ਇੱਕੋ ਹੈ। ਪਰ ਜਿਨ੍ਹਾਂ ਨੇ ਬਹੁਵਿਧ ਧਰਮ ਨਿਰੂਪੀਏ ਸੀ ਉਹਨਾਂ ਨੇ ਬੜੀ ਵਰਾਇਟੀ ਬਣਾ ਦਿੱਤੀ, 33 ਕਰੋੜ ਦੇਵਤਾ ਲਿਆ ਕੇ ਖੜ੍ਹਾ ਕਰ ਦਿੱਤਾ ਇੱਕ ਦੇ ਸਾਹਮਣੇ। ਆਪਣੇ ਬੇਟਾ ਸ਼ਬਦ ਪੜ੍ਹ ਰਿਹਾ ਸੀ ਜਿਹਦੇ ਵਿੱਚ ਆਖ ਰਿਹਾ ਸੀ, ਦੇ ਲੇ ਏਕ ਤੂੰ ਦਿਗਰ ਕੋ ਨਹੀਂ, ਤੂੰ ਜੀਵਨ ਦੇਣ ਵਾਲਾ ਵੀ ਤੂੰ ਹੈ, ਲੈਣ ਵਾਲਾ ਵੀ ਤੂੰ ਹੈ, ਦਿਗਰ ਕੋ ਨਹੀਂ, ਦਿਗਰ ਦਾ ਮਤਲਬ ਹੋਰ ਕੋਈ ਨਹੀਂ। ਪਰ ਜਿਨ੍ਹਾਂ ਨੇ ਵੱਖ ਵੱਖ ਦੇਵੀ ਦੇਵਤੇ ਬਣਾਏ ਸਨ ਉਹਨਾਂ ਨੇ ਡਿਊਟੀਆਂ ਵੀ ਤਾਂ ਵੰਡਣੀਆਂ ਸਨ। ਅੱਜ ਜਦੋਂ ਮਿਨਿਸਟਰੀ ਬਣਦੀ ਹੈ, ਕਿਸੇ ਦੇਸ਼ ਅੰਦਰ ਜਿੰਨੇ ਮਿਨਿਸਟਰ ਬਣਾਉਂਦੇ ਨੇ ਉਹਨਾਂ ਸਾਰਿਆਂ ਨੂੰ ਕੋਈ ਨਾ ਕੋਈ ਮਹਿਕਮਾ ਵੰਡਣਾ ਪੈਂਦਾ ਹੈ। ਜਿਨ੍ਹਾਂ ਨੇ ਬਹੁਤੇ ਦੇਵੀ ਦੇਵਤੇ ਬਣਾਏ ਸਨ ਉਹਨਾਂ ਨੇ ਡਿਊਟੀਆਂ ਵੀ ਵੰਡਣੀਆਂ ਸਨ। ਉਹਨਾਂ ਆਖਿਆ, ਭਲਿਆ ਮੇਰੇ ਕੋਲ ਤਾਂ 33 ਕਰੋੜ ਮਿਨਿਸਟਰ ਹੈ, 33 ਕਰੋੜ ਬੇਟੇ, ਕਿਹਨੂੰ ਕਿਹੜੀ ਕਿਹੜੀ ਚੀਜ਼ ਵੰਡਾਂ। ਲੈ ਜੇ ਤੂੰ ਵਿੱਦਿਆ ਲੈਣੀ ਹੈ ਤਾਂ ਸਰਸਵਤੀ ਕੋਲ ਚਲਾ ਜਾਏਂ, ਸ਼ਿਵਜਣੀ ਦੇ ਸਕਦਾ। ਜੇ ਤੂੰ ਦੌਲਤ ਲੈਣੀ ਹੈ, ਪੈਸਾ ਧੇਲਾ ਲੈਣਾ ਹੈਗਾ, ਅਮੀਰ ਬਣਨਾ ਹੈ ਤਾਂ ਲਕਸ਼ਮੀ ਦੀ ਪੂਜਾ ਕਰੀ, ਉਹ ਸਰਸਵਤੀ ਨਹੀਂ ਦੇ ਸਕਦੀ। ਮਰਨ ਦਾ ਦੇਵਤਾ ਸ਼ਿਵਜੀ ਹੈ, ਜੀਵਨ ਦੇਣ ਦਾ ਬਣਾਉਣ ਵਾਲਿਆਂ ਦਾ ਦੇਵਤਾ ਬ੍ਰਹਮਾ ਹੈ। ਸਭ ਨੂੰ ਡਿਊਟੀਆਂ ਵੱਖ ਵੱਖ ਵੰਡ ਦਿੱਤੀਆਂ, ਪਰ ਗੁਰੂ ਨਾਨਕ ਨੇ ਆਖਿਆ ਨਹੀਂ, ਦੇ ਲੇ ਏਕ ਤੂੰ ਦਿਗਰ ਕੋ ਨਹੀਂ। ਹੁਣ ਨਤੀਜਾ ਨਿਕਲਿਆ, ਜਿੱਥੇ ਬਹੁਤੀ ਵਰਾਇਟੀ ਹੋਵੇ ਗਾਹਕ ਉੱਥੇ ਜਾਂਦਾ ਹੈ, ਵੀ ਉੱਥੇ ਮੇਰੀ ਚੁਆਇਸ ਹੋ ਜਾਏਗੀ। ਗਾਹਕ ਬਹੁਤੇ ਜਾਣ ਲੱਗ ਪਏ, ਵੰਡੇ ਗਏ ਤੀਰਥਾਂ ਵਾਲਿਆਂ ਕੋਲ। ਅੱਜ ਵੀ ਤੁਸੀਂ ਦੇਖੋਗੇ ਤੀਰਥਾਂ 'ਤੇ ਇਸ਼ਨਾਨ ਕਰਨ ਵਾਲਿਆਂ ਦੀ ਲਾਈਨ ਲੱਗੀ ਹੋਈ ਹੈ, ਗਾਹਕ ਵੰਡੇ ਗਏ। ਵਰਾਇਟੀ ਬਹੁਤ ਹੈ ਕਿ ਗੁਰੂ ਨਾਨਕ ਨੇ
ਇੱਕ ਓਂਕਾਰ ਲਿਖ ਕੇ ਸਪਸ਼ਟ ਕਰ ਦਿੱਤਾ, ਬਸ ਇਸ ਤੋਂ ਬਿਨਾਂ ਮੇਰੇ ਕੋਲ ਹੋਰ ਕੁਝ ਨਹੀਂ। ਨਤੀਜਾ ਇਹ ਨਿਕਲਿਆ, ਗੁਰੂ ਨਾਨਕ ਦਾ ਧਰਮ ਦੇਖਣ ਨੂੰ ਨਹੀਂ ਮਿਲਦਾ। ਅਸਲੀਅਤ ਕੌੜੀ ਸੱਚਾਈ ਹੈ, ਜੋ ਗੁਰੂ ਨਾਨਕ ਦਾ ਸਿਧਾਂਤ ਅਤੇ ਧਰਮ ਹੈ ਨਾ, ਉਹ ਅੱਜ ਧਰਮ ਸਥਾਨ 'ਤੇ ਵੀ ਨਹੀਂ ਮਿਲਦਾ, ਕਿਉਂਕਿ ਗੁਰੂ ਨਾਨਕ ਦੇ ਧਰਮ ਨੇ ਆਖਿਆ ਸੀ ਜੇ ਦਰ ਆਵਤ ਜਾ ਤੇ ਉਹ ਹਟਕੇ ਨਹੀਂ ਕੋਈ। ਮੈਂ ਧਰਮਸਾਲ ਐਸੀ ਬਣਾਈ ਹੈ ਜਿੱਥੇ ਆਉਂਦੇ ਜਾਂਦੇ ਨੂੰ ਕੋਈ ਰੁਕਾਵਟ ਨਹੀਂ, ਪੁੱਛਿਆ ਹੀ ਨਹੀਂ ਜਾਣਾ ਤੂੰ ਹਿੰਦੂ ਹੈ ਮੁਸਲਮਾਨ ਹੈ, ਪੁੱਛਿਆ ਹੀ ਨਹੀਂ ਜਾਣਾ ਤੂੰ ਖੱਤਰੀ ਹੈ ਬ੍ਰਾਹਮਣ ਹੈ ਸ਼ੂਦਰ ਹੈ ਵੈਸ਼ ਹੈ, ਸਾਰਿਆਂ ਲਈ ਸਾਂਝਾ ਹੈ। ਪਰ ਉਸ ਸਾਂਝੇ ਦੇ ਅੰਦਰ ਅੱਜ ਤਲਵਾਰਾਂ ਵੀ ਚੱਲ ਰਹੀਆਂ ਨੇ, ਗੁਰਦੁਆਰਿਆਂ ਵਿੱਚ ਡਾਂਗਾਂ ਵੀ ਚੱਲ ਰਹੀਆਂ ਨੇ। ਉਹ ਸਾਂਝੇ ਅਸਥਾਨ ਜਿਹਨੂੰ ਗੁਰੂ ਨੇ ਸਾਂਝਾ ਬਣਾਇਆ ਸੀ, ਮੈਂ ਬੱਧੀ ਸੱਚ ਧਰਮਸਾਲ ਹੈ, ਉੱਥੇ ਛੇਕੇ ਵੀ ਜਾ ਰਹੇ ਨੇ, ਉੱਥੇ ਅੰਦਰ ਕਿਸੇ ਨੂੰ ਵੜਨ ਦੀ ਇਜਾਜ਼ਤ ਵੀ ਨਹੀਂ, ਨਾ ਸੰਗਤ ਦੀ ਨਾ ਪੰਗਤ ਦੀ, ਸਾਂਝ ਖਤਮ ਹੋ ਗਈ। ਲਓ ਇਹਨੇ ਇਸ ਹਾਲਾਤ ਨੂੰ ਵੇਖ ਕੇ ਗੁਰੂ ਨਾਨਕ ਨੂੰ ਕਹਿਣਾ ਪਿਆ, ਕਹਿਣ ਲੱਗੇ ਮੈਂ ਦੇਖਦਾ ਕੀ ਹੈ, ਜਿਹੜਾ ਧਰਮ ਮੈਂ ਚਲਾਇਆ ਸੀ ਉਹ ਤਾਂ ਖੰਭ ਲਾ ਕੇ ਉੱਡ ਗਿਆ। ਇਸ ਲਈ ਗੁਰੂ ਨਾਨਕ ਨੇ ਆਖਿਆ, ਕਹਿਣ ਲੱਗੇ ਕਾਲਕਾਂ ਤੇ ਕਾਲਕਾਂ ਤੇ ਰਾਜੇ ਕਸਾਈ ਧਰਮ ਪੰਕ ਕਰ ਉੱਡਿਆ। ਜਿਹੜਾ ਧਰਮ ਗੁਰੂ ਨਾਨਕ ਦੇ ਸਿਧਾਂਤ ਦਾ ਸੀ ਉਹ ਤਾਂ ਖੰਭ ਲਾ ਕੇ ਉੱਡ ਗਿਆ ਹੈ, ਮਾਨੋ ਉੱਡ ਗਿਆ। ਕਹਿਣ ਲੱਗੇ ਮੈਨੂੰ ਹੋਰ ਅਫਸੋਸ ਹੈ ਕਿ ਜੇ ਰਾਜੇ ਹੀ ਕਿਸਾਈ ਹੁੰਦੇ ਨਾ ਕੋਈ ਹਰਜ਼ ਨਹੀਂ ਸੀ, ਮੈਂ ਤਾਂ ਧਰਮੀ ਵੀ ਕਿਸਾਈ ਵੇਖੇ ਨੇ। ਅਸੀਂ ਗੁਰਬਾਣੀ ਨੂੰ ਜਿਉਂ ਜਿਉਂ ਖੋਜੀਏ ਬਹੁਤ ਕੁਝ ਖੁੱਲਦਾ ਹੈ। ਕਹਿੰਦੇ ਨੇ ਸਿਰਫ ਰਾਜਾ ਹੀ ਕਸਾਈ ਨਹੀਂ ਧਰਮੀ ਵੀ ਕਸਾਈ ਹੋ ਗਏ ਨੇ, ਗੁਰਬਾਣੀ ਹੈ। ਸਤਿਗੁਰੂ ਕਹਿੰਦੇ ਨੇ ਮੱਥੇ ਟਿੱਕਾ, ਆਪਾਂ ਰੋਜ਼ ਪੜ੍ਹਨੇ ਆਸਾ ਦੀ ਵਾਰ ਵਿੱਚ, ਮੱਥੇ ਟਿੱਕਾ ਤੇੜ ਧੋਤੀ ਕਖਾਈ ਪਰ ਨਾਲ ਕੀ ਇਹ ਹੱਥ ਛੁਰੀ ਜਗਤ ਕਸਾਈ। ਮੱਥੇ ਟਿੱਕੇ ਲਾਉਣ ਵਾਲੇ, ਗਲ ਮਾਲਾ ਪਾਉਣ ਵਾਲੇ, ਹੱਥ ਵਿੱਚ ਗੁਟਕਾ ਫੜ ਕੇ ਸਵੇਰੇ ਪੰਜ ਬਾਣੀਆਂ ਆਖ ਕੇ ਪਾਠ ਕਰਨ ਵਾਲੇ, ਉਹਨਾਂ ਹੱਥਾਂ ਵਿੱਚ ਮੈਂ ਡਾਂਗਾਂ ਅਤੇ ਤਲਵਾਰਾਂ ਦੇਖੀਆਂ ਨੇ। ਕੀ ਆਖਾਂਗੇ ਕਸਾਈ ਕੌਣ ਹੈ? ਗੁਰੂ ਨਾਨਕ ਨੂੰ ਇੱਕ ਗੱਲ ਅੱਜ ਦੇ ਸੰਸਾਰ ਦੇ ਸੰਬੰਧ ਵਿੱਚ ਸਾਨੂੰ ਸਮਝਾਉਣ ਲਈ ਆਖਣੀ ਪਈ। ਹਰ ਚੀਜ਼ ਦਾ ਬਾਣੀ ਵਿੱਚ ਸਵਾਲ ਹੈ। ਸਤਿਗੁਰੂ ਕਹਿੰਦੇ ਨੇ ਇਸ ਯੁੱਗ ਕਾ ਇਸ ਯੁੱਗ ਕਾ ਧਰਮ ਪੜੋ ਤੁਮ ਭਾਈ
ਉਹ ਦੁਨੀਆਂ ਦੇ ਲੋਕ ਜਿਹੜਾ ਹੁਣ ਧਰਮ ਚੱਲ ਰਿਹਾ ਨਾ, ਜਿਹਨੂੰ ਹੁਣ ਧਰਮ ਆਖ ਕੇ ਲੋਕ ਧਰਮੀ ਬਣ ਰਹੇ ਨੇ ਅਤੇ ਗੁਰਦੁਆਰੇ ਮੰਦਰ ਮਸਜਿਦਾਂ ਬਣਾ ਰਹੇ ਨੇ, ਉਹ ਉਹਦੀ ਹਿਸਟਰੀ ਸੁਣ ਲਓ। ਮੈਂ ਰਾਤ ਵੀ ਕਰਜ਼ ਕਹੀ ਸੀ, ਰੱਬ ਨੇ ਕੇਵਲ ਮਨੁੱਖ ਬਣਾਇਆ, ਉਹਨੇ ਕੇਵਲ ਮਨੁੱਖ ਬਣਾਇਆ। ਗੁਰੂ ਨੇ ਸਵਾਲ ਕਰ ਦਿੱਤਾ, ਕਹਿਣ ਲੱਗੇ ਹਿੰਦੂ ਤੁਰਕ ਕਹਾਂ ਤੇ ਆਏ, ਤੇ ਕਿੱਥੋਂ ਆਏ? ਰੱਬ ਨੇ ਤਾਂ ਬਣਾਇਆ ਨਹੀਂ, ਉਹਨੇ ਤਾਂ ਕੇਵਲ ਮਨੁੱਖ ਬਣਾਇਆ, ਗੁਰਬਾਣੀ ਹੈ। ਕਹਿੰਦੇ ਨੇ ਹਿੰਦੂ ਤੁਰਕ ਕਹਾਂ ਤੇ ਆਏ, ਕਿਹਨੇ ਇਹ ਰਾਹ ਚਲਾਈ, ਕਿਹਨੇ ਇਹ ਰਸਤਾ ਬਣਾ ਦਿੱਤਾ ਵੀ ਤੂੰ ਹਿੰਦੂ ਹੈ, ਤੂੰ ਤੁਰਕ ਹੈ, ਤੂੰ ਮੁਸਲਮਾਨ ਹੈ, ਤੂੰ ਈਸਾਈ ਹੈ, ਤੂੰ ਪਾਰਸੀ ਹੈ, ਇੱਕ ਦੂਜੇ ਨਾਲ ਮੇਲ। ਮੈਂ ਜਦੋਂ ਇਸ ਵਿਸ਼ੇ 'ਤੇ ਚੱਲਣਾ ਬੜਾ ਕੁਝ ਮਿਲਦਾ ਹੈ। ਪਿਛਲੇ ਦਿਨਾਂ ਵਿੱਚ ਬੋਲਦਿਆਂ ਮੈਂ ਇੱਕ ਗੱਲ ਕਹੀ ਸੀ, ਇਹ ਨਹੀਂ ਵੀ ਕਿਸੇ ਦੀ ਗੱਲ ਕਰੀਏ ਆਪਣੀ ਨਾ ਕਰੀਏ, ਆਪਣੀ ਗੱਲ ਵੀ ਕਰਨੀ ਪਏਗੀ। ਮੈਂ ਆਖਿਆ ਸੀ ਕਿੱਡੀ ਅਜੀਬ ਗੱਲ ਹੈ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਰਾਮ ਰਾਮ ਕਹਿੰਦਾ, ਕੋਈ ਖੁਦਾ ਜਾਂ ਰਹੀਮ ਕਹਿੰਦਾ, ਗੁਰਬਾਣੀ ਹੈ। ਕਿਉਂ? ਕਿਉਂਕਿ ਉਹ ਨਹੀਂ ਕਿ ਉਹ ਰੱਬ ਦਾ ਨਾਮ ਲੈ ਰਿਹਾ, ਨਹੀਂ, ਅਸਲ ਉਹ ਆਪਣੀ ਪਛਾਣ ਕਾਇਮ ਕਰ ਰਿਹਾ। ਉਹਨੂੰ ਪਤਾ ਜੇ ਰਾਮ ਰਾਮ ਆਖਾਂ ਤਾਂ ਬਿਨਾਂ ਦੱਸੇ ਲੋਕ ਸਮਝ ਲੈਣਗੇ ਕਿ ਹਿੰਦੂ ਹੈ। ਜੇ ਮੈਂ ਖੁਦਾ ਖੁਦਾ ਅੱਲਾ ਅੱਲਾ ਆਖਾਂਗਾ, ਮੈਨੂੰ ਦੱਸਣ ਦੀ ਲੋੜ ਨਹੀਂ ਪਏਗੀ, ਲੋਕ ਸਮਝ ਲੈਣਗੇ ਕਿ ਇਹ ਮੁਸਲਮਾਨ ਹੈ। ਇਹ ਸਵਾਲ ਸਿੱਖਾਂ ਦੇ ਸਾਹਮਣੇ ਵੀ ਆ ਗਿਆ। ਲਓ ਇੱਕ ਕੌੜੀ ਸੱਚਾਈ ਜਿਹੜੀ ਅੱਜ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਇਹ ਸਵਾਲ ਸਿੱਖਾਂ ਦੇ ਸਾਹਮਣੇ ਵੀ ਆ ਗਿਆ। ਕਿਉਂਕਿ ਇਹ ਨਾਮ ਕਿਸੇ ਨੇ ਰੱਬ ਲਈ ਨਹੀਂ ਰੱਖੇ, ਇਹ ਨਾਂ ਆਪਣੀ ਪਛਾਣ ਲਈ ਰੱਖੇ ਨੇ। ਇਹ ਸਵਾਲ ਸਾਡੇ ਸਾਹਮਣੇ ਵੀ ਆ ਗਿਆ ਵੀ ਤੁਸੀਂ ਜੇ ਆਖੋ ਤਾਂ ਕੀ ਆਖੋਗੇ? ਜੇ ਗੁਰਦੁਆਰੇ ਵਿੱਚ ਭਲਾ ਮੈਂ ਗੱਲ ਕਰਦਾ ਰਾਮ ਰਾਮ, ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਗਿਣਤੀ ਵਿੱਚ ਜ਼ਿਆਦਾ ਹੈ, ਅਤੇ ਔਰ ਹਾਲਾਂਕਿ ਇਹ ਗੱਲ ਵੀ ਅਸੀਂ ਸਪਸ਼ਟ ਕਰ ਚੁੱਕੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਾ ਰਾਮ ਜਿਹੜਾ ਹੈ ਉਹ ਹਿੰਦੂ ਦਾ ਦਸ਼ਰਥ ਦੇ ਘਰ ਪੈਦਾ ਹੋਣ ਵਾਲੇ ਰਾਮ ਨੂੰ ਰਾਮ ਨਹੀਂ ਆਖਿਆ ਗਿਆ, ਇਹ ਗੱਲ ਸਪਸ਼ਟ ਹੈ। ਪਰ ਫਿਰ ਵੀ ਇਹ ਗੱਲ ਸਪਸ਼ਟ ਹੋਣ ਦੇ ਬਾਵਜੂਦ ਵੀ ਫਿਰ ਵੀ ਭਲਾ ਜੇ ਅਸੀਂ ਰਾਮ 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 ਆਖੀਏ ਇੱਥੇ ਅਤੇ ਰਾਹ ਵਿੱਚ ਜਾਂਦੇ ਹੋ ਕੋਈ ਲਾਊਡ ਸਪੀਕਰ 'ਤੇ ਸੁਣੇ ਵੀ ਇੱਥੇ ਰਾਮ 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 ਕਰ, ਲੋਕ ਤਾਂ ਸਮਝਣਗੇ ਖੌਰੇ ਕੋਈ ਮੰਦਰ ਹੈ, ਖੌਰੇ ਕੋਈ ਹਿੰਦੂ ਹੈ। ਹਾਲਾਂਕਿ ਸਾਡਾ ਰਾਮ ਉਹ ਰਾਮ ਨਹੀਂ ਜਿਹੜਾ ਹਿੰਦੂ ਦਾ ਰਾਮ ਹੈ, ਜਿਹੜਾ ਬ੍ਰਾਹਮਣ ਦਾ ਰਾਮ ਹੈ, ਸਾਡਾ ਰਾਮ ਉਹ ਨਹੀਂ। ਪਰ ਕਿਸੇ ਨੂੰ ਭੁਲੇਖਾ ਤਾਂ ਪੈ ਸਕਦਾ ਨਾ, ਰਾਮ ਲਫਜ਼ ਤੋਂ ਤਾਂ ਕਿਸੇ ਨੂੰ ਭੁਲੇਖਾ ਪੈ ਸਕਦਾ। ਅੱਲਾ ਅੱਲਾ ਆਖਾਂਗੇ ਤਾਂ ਸਾਨੂੰ ਲੋਕ ਮੁਸਲਮਾਨ ਸਮਝਣਗੇ, ਭੁਲੇਖਾ ਪੈ ਸਕਦਾ। ਭਾਵੇਂ ਸਾਡੀ ਗੁਰਬਾਣੀ ਵਿੱਚ ਅੱਲਾ ਅਤੇ ਰਾਮ, ਰਾਮ ਗੁਸਾਈ, ਅੱਲੋ ਮੇਰਾ,
ਬਾਣੀ ਵਿੱਚ ਕਹਿ ਦਿੱਤਾ, ਮੇਰੇ ਵਾਸਤੇ ਕੋਈ ਫਰਕ ਨਹੀਂ। ਚਲੋ ਖੈਰ, ਮੈਂ ਜਿੱਥੇ ਪੁੱਜਣਾ ਚਾਹੁੰਦਾ, ਮਸਲਾ ਇਹ ਆ ਗਿਆ ਵੀ ਅਸੀਂ ਕੀ ਆਖੀਏ ਕਿ ਸਾਨੂੰ ਲੋਕ ਬਿਨਾਂ ਦੱਸੇ ਸਿੱਖ ਆਖਣ ਲੱਗ ਪੈਣ। ਜਰਾ ਸੋਚੋ, ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਜਦੋਂ ਨਾਮ ਦਾ ਲਫਜ਼ ਆਉਂਦਾ ਨਾ ਵੀ ਨਾਮ ਜਪੋ, ਉਦੋਂ ਵਾਹਿਗੁਰੂ ਨਹੀਂ ਆਉਂਦਾ ਕਦੀ। ਮੈਂ ਹੈਰਾਨ ਹੁੰਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਕਿਉਂ ਨਹੀਂ ਸਮਝਦੇ? ਸਤਿਗੁਰੂ ਤਾਂ ਆਖ ਰਹੇ ਨੇ, ਜਪ ਮਨ ਸਤਨਾਮ, ਜਪ ਮਨ ਸਤਨਾਮ ਸਦਾ ਸਤਨਾਮ। ਇੱਥੇ ਬਸ ਨਹੀਂ, ਬਲਕਿ ਇਹ ਵੀ ਕਹਿ ਦਿੱਤਾ, ਸਤਨਾਮ ਤੇਰਾ ਭਰਾ ਪੁਰਬ ਦਾ। ਤੇਰਾ ਨਾਮ ਸਤਨਾਮ ਹੈ ਤੇ ਭਰਾ ਪੂਰਬਲਾ, ਪੁਰਾਤਨ ਨਾਮ ਤੇਰਾ ਸਤਨਾਮ ਹੈ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਾਹਿਗੁਰੂ ਸ਼ਬਦ ਕੇਵਲ 16 ਵਾਰ ਆਇਆ ਹੈ, ਅਤੇ ਉਹ ਵੀ ਦੋ ਰੂਪਾਂ ਵਿੱਚ, ਇੱਕ ਦੇ ਨਾਲ ਸਿਹਾਰੀ ਹੈ ਵਾਹੇ, ਇੱਕ ਦੇ ਨਾਲ ਮੁਕਤਾ ਹੈ ਵਾਹਿਗੁਰੂ, ਕੇਵਲ 16 ਵਾਰ ਹੈ। ਉਹ ਵੀ ਪੱਟਾਂ ਦਾ, ਪੱਟਾਂ ਦੇ ਸਵਈਏ ਵਿੱਚ, ਪੱਟ ਦੀ ਜ਼ਬਾਨੋਂ ਹੈ, ਸਵਈਆਂ ਵਿੱਚ। ਰਾਮ ਕਈ ਵਾਰ ਆਇਆ, ਹਾਲਾਂਕਿ ਸਾਡਾ ਰਾਮ ਵੱਖਰਾ ਹੈ। ਮੈਂ ਇਸ ਗੱਲ ਨੂੰ ਫਿਰ ਵਾਰ ਵਾਰ ਦੁਹਰਾ ਦਿਆਂ, ਅਸੀਂ ਉਸ ਰਾਮ ਨੂੰ ਰਾਮ ਨਹੀਂ ਆਖ ਰਹੇ, ਪਰ ਫਿਰ ਵੀ ਅਸੀਂ ਨਾਮ ਜਪਣ ਲੱਗਿਆ ਰਾਮ ਕਿਉਂ ਨਹੀਂ ਨਿਸ਼ਚਿਤ ਕੀਤਾ? ਅਸੀਂ ਸਤਨਾਮ ਕਿਉਂ ਨਹੀਂ ਨਿਸ਼ਚਿਤ ਕੀਤਾ? ਇਸ ਲਈ ਕਿਉਂਕਿ ਸਾਨੂੰ ਕੋਈ ਹਿੰਦੂ ਜਾਂ ਮੁਸਲਮਾਨ ਨਾ ਆਖ ਦੇਵੇ, ਅਸੀਂ ਉਹ ਲਫਜ਼ ਨਿਸ਼ਚਿਤ ਕਰਨਾ ਜਿਹਦਾ ਲਫਜ਼ ਦੀ ਵਰਤੋਂ ਕੋਈ ਹੋਰ ਨਾ ਕਰਦਾ ਹੋਵੇ। ਇਸ ਲਈ ਗੁਰਦੁਆਰਿਆਂ ਵਿੱਚ, ਬੋਲਣ ਵਿੱਚ, ਵਰਤੋਂ ਵਿੱਚ ਵਾਹਿਗੁਰੂ ਸ਼ਬਦ ਨਿਸ਼ਚਿਤ ਕੀਤਾ ਗਿਆ। ਗੁਰੂ ਨੇ ਨਹੀਂ ਕੀਤਾ, ਆਗੂਆਂ ਨੇ, ਵਿਦਵਾਨਾਂ ਨੇ, ਜਿਨ੍ਹਾਂ ਨੇ ਰਹਿਤ ਮਰਿਆਦਾ ਬਣਾਈ, ਜਿਨ੍ਹਾਂ ਨੇ ਹੋਰ ਸਾਡੇ ਰਹਿਣ ਸਹਿਣ ਜੀਵਨ ਦੇ ਬਣਾਏ, ਉਹਨਾਂ ਨੇ ਪ੍ਰਚਲਿਤ ਕੀਤਾ। ਮੈਨੂੰ ਇਹ ਇਤਰਾਜ਼ ਨਹੀਂ ਮੈਂ ਕਰ ਰਿਹਾ, ਮੈਂ ਸਿਰਫ ਇਹਦੇ ਪਿਛੋਕੜ ਵਿੱਚ ਜਾਣਾ ਚਾਹੁੰਦਾ ਕਿ ਮਨੁੱਖ ਨੇ ਆਪਣੀ ਪਛਾਣ ਨਿਸ਼ਚਿਤ ਕੀਤੀ। ਜੇ ਉਹਨੇ ਰਾਮ ਰਾਮ ਕੀਤੀ, ਉਹਨੇ ਰਹੀਮ ਖੁਦਾ ਖੁਦਾ ਕੀਤੀ, ਅਤੇ ਅਸੀਂ ਆਪਣੀ ਪਛਾਣ ਲਈ, ਤਾਂ ਕਿ ਬਿਨਾਂ ਪਛਾਣੇ, ਬਿਨਾਂ ਦੇਖੇ ਵਾਹਿਗੁਰੂ 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 ਕਹਿਣ ਵਾਲਾ ਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣ ਵਾਲਾ ਜ਼ਰੂਰ ਸਿੱਖ ਹੈ। ਭੁਲੇਖਾ ਨਾ ਰਹੇ, ਪਰ ਮੈਂ ਉਸ ਪਾਸੇ ਫਿਰ ਪਰਤਾਂ। ਗੁਰੂ ਨਾਨਕ ਕਹਿੰਦਾ, ਮੇਰੇ ਨਾਲੋਂ ਵਧੀਕ ਗਿਣਤੀ ਜ਼ਿਆਦਾ ਹੋਣ ਕਰਕੇ
ਅਤੇ ਆਪਣੀ ਆਪਣੀ ਪਛਾਣ ਕਾਇਮ ਕਰਕੇ ਬਹੁਤੀ ਵਰਾਇਟੀ ਬੈਠੀ ਹੋਣ ਕਰਕੇ ਨਤੀਜਾ ਨਿਕਲਿਆ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਸਾਂ ਨਾ ਜਪ ਮਨ ਸਤਨਾਮ ਸਦਾ ਸਤਨਾਮ ਅਤੇ ਬਾਰ ਬਾਰ ਮੈਂ ਨਾਮ ਦੀ ਗੱਲ ਕਰ ਰਿਹਾ ਸਾਂ ਕਿ ਜੀ ਅਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਵਣੋ ਹੋਰ ਜੋ ਕੁਝ ਵੀ ਤੂੰ ਕਰ ਰਿਹਾ ਭਾਵੇਂ ਤੀਰਥਾਂ 'ਤੇ ਜਾਵੇਂ ਭਾਵੇਂ ਦਾਨ ਪੂਜਾ ਪਰੇ ਜੋ ਕੁਝ ਕਰੇ ਨਿਫਲ ਧਰਮ ਤਾਂ ਹੈ ਤੂੰ ਮਾਨੋ ਰਾਤ ਵਾਲੇ ਸ਼ਬਦ ਦਾ ਬਸ ਇੱਕ ਨਾਮ ਅਤੇ ਉਹ ਨਾਮ ਹੈ ਸਤਨਾਮ ਤੇਰਾ ਪਰਾ ਪੂਰਬਲਾ ਵਾਹਿਗੁਰੂ ਸ਼ਬਦ ਵੀ ਮੇਰਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਮੈਂ ਤੁਹਾਨੂੰ ਇਸ ਪੁੱਛੋ ਕਿ ਮਨੁੱਖ ਦੀ ਫਿਤਰਤ ਕੀ ਹੈ ਕਿੱਥੇ ਸੋਚ ਲੈ ਕੇ ਮਨੁੱਖਤਾ ਵੰਡੀ ਗਈ ਕਿਸ ਸੋਚ ਨੂੰ ਲੈ ਕੇ ਸੰਸਾਰ ਜਿਹੜਾ ਉਹ ਨਫ਼ਰਤ ਦਾ ਪਾਤਰ ਬਣਿਆ ਅਤੇ ਗੁਰੂ ਨੂੰ ਇਹ ਗੱਲ ਪੈਣੀ ਪਈ ਕਿ ਭਲਿਆ ਮੈਂ ਕੀ ਦੇਖਣਾ ਇਸ ਨਾਮ ਥੱਲੇ ਉਸ ਧਰਮ ਪਿੱਛੇ ਜਿਹੜਾ ਧਰਮ ਸਿਰਫ ਕੇਵਲ ਅਤੇ ਕੇਵਲ ਆਪਣੀ ਆਈਡੈਂਟੀ ਦਿਖਾਉਂਦਾ ਹੈ ਉਸ ਧਰਮ ਪਿੱਛੇ ਅੱਜ ਨਫ਼ਰਤ ਨਾਲ ਇੱਕ ਦੂਜੇ ਦੀ ਦੁਸ਼ਮਣੀ ਹੋ ਰਹੀ ਹੈ ਮਨੁੱਖ ਜਿਹੜਾ ਧਰਮੀ ਖਵਾਉਂਦਾ ਸੀ ਰਾਜਿਆਂ ਨੇ ਤਾਂ ਕਸਾਈ ਬਣਨਾ ਸੀ ਧਰਮੀ ਵੀ ਕਸਾਈ ਬਣ ਗਿਆ ਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਇਸ ਯੁੱਗ ਕਾ ਧਰਮ ਕਹੋ ਤੁਮ ਭਾਈ ਪੜ੍ਹੋ ਤੁਮ ਭਾਈ ਪੂਰੇ ਗੁਰਸਾਹਿਬ ਸੋਝੀ ਭਾਈ ਜੀ ਦੱਸੋ ਇਸ ਯੁੱਗ ਵਿੱਚ ਇਸ ਸੰਸਾਰ ਵਿੱਚ ਅੱਜ ਦੀ ਦੁਨੀਆਂ ਵਿੱਚ ਧਰਮ ਕੀ ਹੈ ਧਰਮ ਦਾ ਰੂਪ ਕੀ ਹੈ ਗੁਰੂ ਨੇ ਬਾਣੀ ਵਿੱਚ ਹਰ ਗੱਲ ਦਾ ਜਵਾਬ ਦਿੱਤਾ ਕਹਿਣ ਲੱਗੇ ਜੇ ਅੱਜ ਕੱਲ੍ਹ ਦੇ ਧਰਮ ਨੂੰ ਮੈਂ ਕਸਾਈ ਦੇ ਰੂਪ ਵਿੱਚ ਦੇਖਿਆ ਤਾਂ ਮੈਨੂੰ ਕੀ ਦਿਸਿਆ ਇਸ ਕਲਯੁੱਗ ਮੈਂ ਕਰਮ ਧਰਮ ਨਾ ਕੋਈ ਗੁਰਬਾਣੀ ਹੈ ਮੈਂ ਇੱਕ ਵਾਰ ਕੀਤੀ ਸੀ ਫਿਰ ਦੁਹਰਾ ਦਿਆਂ ਕਿ ਆਪਣੀ ਜ਼ਬਾਨੋਂ ਕੁਝ ਆਖਾਂ ਮੈਂ ਗੁਨਾਹਗਾਰ ਹਾਂ ਪਰ ਬਾਣੀ ਜ਼ਰੂਰ ਸਮਝਿਓ ਸਤਿਗੁਰੂ ਕਹਿੰਦੇ ਨੇ ਇਸ ਕਲਯੁੱਗ ਮੈਂ ਕਰਮ ਧਰਮ ਨਾ ਕੋਈ ਫਿਰ ਅਗਲੀ ਤੁਕ ਪੜ੍ਹੋ ਕਹਿੰਦੇ ਨੇ ਕਲੀ ਕਾ ਜਨਮ ਚੰਡਾਲ ਕੇ ਘਰ ਹੋਈ ਗੁਰਬਾਣੀ ਚੰਡਾਲ ਕਿਸ ਨੂੰ ਕਹਿੰਦੇ ਨੇ ਇੱਕ ਲਫ਼ਜ਼ ਕੋਈ ਮਾੜਾ ਨਹੀਂ ਜਿਹੜਾ ਮਸਾਨ ਭੂਮਿਕਾ ਵਿੱਚ ਰਹਿੰਦਾ ਨਾ ਹਮੇਸ਼ਾ ਉੱਥੋਂ ਦਾ ਇੰਤਜ਼ਾਮ ਕਰਦਾ ਹੈ ਚਿਖਾ ਦਾ ਸਫਾਈ ਕਰਨੀ ਮੁੜ ਕੇ ਲੱਕੜਾਂ ਦਾ ਇੰਤਜ਼ਾਮ ਕਰਨਾ ਜੇ ਕੋਈ ਲਾਸ਼ ਐਸੀ ਆ ਜਾਏ ਜਿਸ ਦਾ ਕੋਈ ਵੀ ਵਾਲੀ ਵਾਰਸ ਨਾ ਹੋਵੇ ਉਹਦਾ ਸੰਸਕਾਰ ਕਰਨਾ ਸੰਭਾਲਣਾ ਜਿਹੜਾ ਉੱਥੇ ਦਾ ਇੰਤਜ਼ਾਮੀਆ ਹੋਵੇ ਉਸਨੂੰ ਚੰਡਾਲ ਕਹਿੰਦੇ ਸਨ ਉਹ ਹਮੇਸ਼ਾ ਮੌਤ ਦੇ ਘਰ ਵਿੱਚ ਰਹਿੰਦਾ ਮੌਤ ਦਾ ਉਹਦੇ ਮਨ ਅੰਦਰ ਖੌਫ ਕੋਈ ਨਹੀਂ ਰਹਿੰਦਾ ਬਲਕਿ ਹੁਣ ਤਾਂ ਅੱਜ ਕੱਲ੍ਹ ਜਿਹੜੇ ਫਾਂਸੀ ਦਿੰਦੇ ਨੇ ਨਾ ਉਹਨਾਂ ਨੂੰ ਵੀ ਚੰਡਾਲ ਕੇ ਉਹਨਾਂ ਕੋਲੋਂ ਕੰਮ ਲੈਣ ਲੱਗ ਪੈਣਾ ਕਿਉਂਕਿ ਉਹਨੂੰ ਮੌਤ ਦਾ ਡਰ ਕੋਈ ਨਹੀਂ ਹੁੰਦਾ ਮੌਤ ਹੀ ਉਹਨੂੰ ਚਾਰ ਚਫੇਰ ਦਿਸਦੀ ਹੈ ਉਹ ਮਸਾਨ ਭੂਮਿਕਾ 'ਚ ਰਹਿੰਦਾ ਕਹਿੰਦੇ ਨੇ ਇਸ ਯੁੱਗ ਦਾ ਧਰਮ ਹੀ ਇਹ ਹੋ ਗਿਆ ਉਹਦੇ ਚਾਰ ਚਫੇਰੇ ਮੌਤ ਹੀ ਮੌਤ ਹੈ ਇੱਕ ਦੂਜੇ ਲਈ ਮੌਤ ਬਣ ਕੇ ਖਲੋਤਾ ਹੈ ਅਤੇ ਫਿਰ ਨਾਲ ਹੀ ਇਹ ਕਹਿ ਦਿੱਤਾ ਕਿ ਭਲਿਆ
ਜੇ ਮੌਤ ਦਾ ਸੌਦਾਗਰ ਤੂੰ ਧਰਮੀ ਹੈ ਆਪਸ ਕੋ ਮੁਨਵਰ ਕਰ ਥਾਪੋ ਕਾਕੋ ਕਹੋ ਕਸਾਈ ਜੇ ਮੌਤ ਦਾ ਸੌਦਾਗਰ ਕੇਵਲ ਸੰਸਾਰ ਲਈ ਦੂਜੇ ਨੂੰ ਦਬਾ ਕੇ ਪਰਸੋਂ ਵੀ ਪਿਛਲੇ ਵਾਰ ਸਾਲ ਹਫ਼ਤੇ ਵੀ ਇੱਕ ਲਫ਼ਜ਼ ਆਏ ਸਨ ਕਿ ਧਰਮ ਨਾਮ ਥੱਲੇ ਇੱਕ ਬੱਚੀ ਨੂੰ ਇੱਕ ਔਰਤ ਨੂੰ ਬਲਦੀ ਚਿਖਾ ਦੇ ਉੱਤੇ ਜਲਾ ਦੇਣ ਵਾਲਾ ਧਰਮੀ ਹੈ ਕਹਿੰਦੇ ਧਰਮ ਹੈ ਤੈਨੂੰ ਸਤੀ ਕਰਨਾ ਹੋਣਾ ਪਏਗਾ ਧਰਮ ਦੇ ਨਾਮ ਥੱਲੇ ਇੱਕ ਔਰਤ ਨੂੰ ਸਤੀ ਕੀਤਾ ਜਾ ਰਿਹਾ ਸਾਹਮਣੇ ਦੇਖ ਰਿਹਾ ਉਹ ਆਪਣੇ ਆਪ ਨੂੰ ਧਰਮੀ ਅਖਵਾਉਂਦਾ ਇੱਕ ਨੂੰ ਆਰੇ ਨਾਲ ਚੀਰ ਰਿਹਾ ਉਹਨੂੰ ਉਸ ਪਿਛਲੀ ਵਾਰ ਲਫਜ਼ਾਏ ਸਨ ਕਰਵਤ ਦਾ ਕੰਮ ਕੀ ਹੈ ਕਰਵਤ ਕਿਹੜੀ ਕਿਰਿਆ ਕਿਸੇ ਬੰਦੇ ਦੇ ਮਨੁੱਖ ਨੂੰ ਜਿਉਂਦੇ ਨੂੰ ਆਰੇ ਨਾਲ ਚੀਰ ਦੇਣਾ ਤੀਰਥਾਂ 'ਤੇ ਜਾ ਕੇ ਲੋਕ ਸਿਰ ਕਰਵਤ ਧਰਾਏ ਗੁਰਬਾਣੀ ਕਹਿੰਦੀ ਹੈ ਸਿਰ ਕਟਾ ਲੈਂਦੇ ਸਨ ਧਰਮ ਦੇ ਨਾਮ ਥੱਲੇ ਬਲਦੀਆਂ ਚਖਾ ਤੇ ਔਰਤਾਂ ਜਲਾਈਆਂ ਜਾਂਦੀਆਂ ਸਨ ਅਤੇ ਗੁਰੂ ਕਹਿੰਦੇ ਨੇ ਜੇ ਇਸ ਤਰ੍ਹਾਂ ਦੇ ਮਨੁੱਖ ਧਰਮ ਦੇ ਨਾਮ ਥੱਲੇ ਇਹ ਕੁਝ ਹੋ ਸਕਦਾ ਤਾਂ ਫਿਰ ਮੈਂ ਕਸਾਈ ਕਿਹਨੂੰ ਆਖਾਂ ਆਪਸ ਕੋ ਮੁਨਵਰ ਕਰ ਥਾਪੋ ਕਾਕੋ ਕਹੋ ਕਸਾਈ ਕਸਾਈ ਕਿਹਨੂੰ ਆਖਾਂ ਧਰਮ ਦੇ ਨਾਮ ਥੱਲੇ ਵੀ ਕਸਾਈ ਪੈਦਾ ਹੋ ਗਿਆ ਪਰ ਗੁਰੂ ਕਹਿੰਦੇ ਨੇ ਭਲਿਆ ਮੈਂ ਤਾਂ ਹੁਣ ਤੱਕ ਕੇਵਲ ਰਾਜਿਆਂ ਨੂੰ ਉਲਾਂਭਾ ਦਿੰਦਾ ਸਾਂ ਅਤੇ ਕੱਲ੍ਹ ਕਾਤੀ ਰਾਜੇ ਕਸਾਈ ਰਾਜੇ ਕਸਾਈ ਪਰ ਹੁਣ ਤਾਂ ਮੈਂ ਧਰਮੀ ਕਸਾਈ ਦੇਖ ਲੈਣਾ ਹੈ ਬਹੁਤ ਲੰਬਾ ਪ੍ਰੋਜੈਕਟ ਹੈ ਲੰਬਾ ਸਿਧਾਂਤ ਅਤੇ ਸਬਜੈਕਟ ਹੈ ਕਈ ਵਾਰ ਕਰਦਾ ਜਾਵਾਂ ਮੁੱਕਦਾ ਨਹੀਂ ਮੇਰੀਆਂ ਹੱਡ ਬੀਤੀਆਂ ਬੜੀਆਂ ਲੈਣ ਦੇ ਵਿੱਚ ਪਰ ਚਲੋ ਸਮਾਂ ਹੋ ਗਿਆ ਅਰਜ਼ ਕਰਾਂ ਗੁਰੂ ਕਹਿੰਦੇ ਨੇ ਮੈਂ ਸਿਰਫ ਰਾਜੇ ਕਸਾਈ ਨਹੀਂ ਦੇਖੇ ਧਰਮ ਦੇ ਨਾਮ ਥੱਲੇ ਵੀ ਕਸਾਈ ਪੁਣਾ ਦੇਖਿਆ ਧਰਮ ਦੇ ਨਾਮ ਥੱਲੇ ਵੀ ਕਸਾਈ ਪੁਣਾ ਹੋ ਰਿਹਾ ਜਿਹੜਾ ਧਰਮ ਵਿੱਚ ਨਹੀਂ ਹੋਣਾ ਚਾਹੀਦਾ ਪਰ ਇਹੋ ਜਿਹੇ ਧਰਮ ਦਾ ਬੋਲਬਾਲਾ ਕਬਜ਼ਾ ਹਰ ਥਾਂ 'ਤੇ ਹੋ ਗਿਆ ਕਿ ਗੁਰੂ ਨਾਨਕ ਦਾ ਧਰਮ ਅੱਜ ਦਿਸਦਾ ਨਹੀਂ ਉਹ ਹੀ ਦਿਸਦਾ ਜਿਵੇਂ ਖੰਭ ਲਾ ਕੇ ਉੱਡ ਗਿਆ ਅਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖ ਦਿੱਤੀ ਕਹਿਣ ਲੱਗੇ ਧਰਮ ਪੰਖ ਕਰ ਉੱਡ ਰਿਹਾ ਧਰਮ ਪੰਖ ਕਰ ਉੱਡ ਰਿਹਾ ਕਲਕੱਤੀ ਰਾਜੇ ਕਸਾਈ ਕਲਕੱਤੀ ਰਾਜੇ ਕਸਾਈ ਧਰਮ ਉੱਡ ਰਿਹਾ ਧਰਮ ਪੰਖ ਕਰ ਉੱਡ ਰਿਹਾ ਪੂਰ ਅਮਾਵਸ ਸੱਚ ਚੰਦਰਮਾ ਪੂਰ ਅਮਾਵਸ ਸੱਚ
ਭਾਈ ਗੁਰਦਾਸ ਜੀ ਨੇ ਇਸੇ ਲਈ ਇੱਕ ਗੱਲ ਆਖ ਦਿੱਤੀ ਕਿ ਇਹ ਸਭ ਕੁਝ ਵੇਖ ਕੇ ਵੀ ਧਰਮ ਨਾਮ ਥੱਲੇ ਜਿਹੜੇ ਲੋਕ ਉਹਨਾਂ ਕਿਸਾਈਆਂ ਦੇ ਸਾਹਮਣੇ ਹੱਥ ਜੋੜ ਕੇ ਖੜੇ ਨੇ ਉਹਨਾਂ ਕਿਸਾਈਆਂ ਅੱਗੇ ਵੀ ਹੱਥ ਜੋੜ ਕੇ ਖੜੇ ਨੇ। ਭਾਈ ਗੁਰਦਾਸ ਕਹਿੰਦੇ ਨੇ ਫਿਰ ਮੈਂ ਉੱਥੇ ਕਹਿਣਾ ਪੈਂਦਾ ਪਰਜਾ ਅੰਧੀ ਗਿਆਨ ਬਿਨ, ਜਿੱਥੇ ਰਾਜੇ ਪਾਪ ਕਮਾਉਣ ਦੇ ਉਲਟੀ ਵਾੜ ਖੇਤ ਕੋ ਖਾਈ। ਭਾਈ ਗੁਰਦਾਸ ਜੀ ਨੇ ਲਿਖਿਆ, ਕਹਿਣ ਲੱਗੇ ਉਹ ਤਾਂ ਕਸਾਈ ਸਨ, ਰਾਜੇ ਪਾਪ ਕਮਾਉਣ ਦੇ ਉਲਟੀ ਵਾੜ ਖੇਤ ਕੋ ਖਾਈ। ਕਹਿਣ ਲੱਗੇ ਮੈਂ ਇਹ ਵੀ ਦੇਖਿਆ ਪਰਜਾ ਅੰਧੀ ਗਿਆਨ ਬਿਨ ਕੂੜ ਕੁ ਸੱਤ ਮੁੱਖੋ ਆਲਾਈ। ਗਿਆਨ ਵੀ ਹੋਣੀ ਪਰਜਾ ਕਸਾਈਆਂ ਦੇ ਸਾਹਮਣੇ ਵੀ ਹੱਥ ਜੋੜ ਕੇ ਖੜੀ, ਧਰਮ ਨੂੰ ਪਛਾਣ ਨਹੀਂ ਸਕਦੀ ਕਿ ਗੁਰੂ ਨਾਨਕ ਦਾ ਧਰਮ ਕੀ ਹੈ। ਗੁਰੂ ਨਾਨਕ ਆਪਣੀ ਰਸਨਾ ਤੋਂ ਆਪਣੇ ਧਰਮ ਦਾ ਫੈਸਲਾ ਦਿੰਦਾ ਹੋਇਆ ਇਹ ਆਖ ਰਿਹਾ ਕਹਿੰਦਾ ਹਰ ਕੋਈ ਇੱਥੇ ਖੁਸ਼ੀ ਸੁਖੀ ਵਸੇ, ਹਰ ਕੋਈ ਖੁਸ਼ ਅਤੇ ਪ੍ਰਸੰਨ ਰਹੇ। ਇਹ ਹੋਆ ਹਲੇ ਮੀਰਾ ਜੀਓ, ਪੈ ਕੋਈ ਨਾ ਕਿਸੇ ਨੇ ਜਾਣਦਾ, ਕਿਸੇ ਨੂੰ ਕੋਈ ਪਰੇਸ਼ਾਨੀ ਨਾ ਕਰੇ, ਕਿਸੇ ਲਈ ਕੋਈ ਦੁੱਖ ਅਤੇ ਬਿਪਤਾ ਦੇ ਕੰਡੇ ਨਾ ਖੜੇ ਕਰੇਗੇ, ਹਰ ਕੋਈ ਸੁਖੀ ਰਹੇ। ਇਹੋ ਜਿਹੀ ਮਨੁੱਖਤਾ ਅਤੇ ਇਹੋ ਜਿਹਾ ਸੰਸਾਰ ਗੁਰੂ ਨਾਨਕ ਪੈਦਾ ਕਰਨਾ ਚਾਹੁੰਦਾ ਹੈ, ਇਸੇ ਲਈ ਉਹ ਇੱਕ ਨਾਲ ਜੁੜਦਾ ਹੈ ਅਤੇ ਆਖਦਾ ਇੱਕ ਪਿਤਾ ਇਹ ਕਿਸ ਕੇ ਹਮ ਬਾਰਕ। ਆਹ ਮੈਨੂੰ ਪਿਛਲੇ ਦਿਨਾਂ ਵਿੱਚ ਉਹ ਸੱਜਣ ਅੱਜ ਨਹੀਂ ਬੈਠੇ, ਆਉਂਦੇ ਨੇ ਕਦੇ ਕਦੇ, ਉਹ ਅੰਦਰ ਗਏ ਅਤੇ ਉਹਨਾਂ ਇੱਕ ਬੜਾ ਸੋਹਣਾ ਸਵਾਲ ਕੇ ਕਹਿਣ ਲੱਗੇ, ਤੁਸੀਂ ਇੱਥੇ ਅਰਦਾਸ ਵਿੱਚ ਇਹ ਕਿਉਂ ਆਖਦੇ ਹੋ ਕਿ ਇਹ ਕਿਉਂ ਕਾਰ ਪਰਿਵਾਰ? ਆਪਾਂ ਅਰਦਾਸ ਜਦੋਂ ਸ਼ੁਰੂ ਕੀਤੀ ਉਦੋਂ ਮੈਂ ਲਫ਼ਜ਼ ਦਿੱਤੇ, ਮੈਂ ਕਿਹਾ ਇਹ ਆਪਣੇ ਜਿਹੜੇ ਇੱਥੇ ਆਉਣ ਵਾਲੇ ਉਹਨਾਂ ਦਾ ਨਾਂ ਹੀ ਰੱਖ ਦਿਓ ਇਹ ਕਿਉਂ ਕਾਰ ਪਰਿਵਾਰ ਹੈ। ਇੱਕ ਪਿਤਾ ਇੱਥੇ ਉਹ ਹੀ ਸੱਜਣ ਆਉਂਦੇ ਨੇ ਜਿਹੜੇ ਇੱਕ ਪਰਮਾਤਮਾ ਨੂੰ ਮੰਨਣ ਵਾਲੇ ਨੇ, ਵੱਖ ਵੱਖ ਦੇਵੀ ਦੇਵਤਿਆਂ ਨੂੰ ਨਹੀਂ। ਇਸੇ ਲਈ ਅਸੀਂ ਇੱਥੋਂ ਦੀ ਸੰਗਤ ਦਾ ਨਾਂ ਹੀ ਰੱਖਿਆ ਇੱਕ ਓਂਕਾਰ ਪਰਿਵਾਰ। ਅਰਦਾਸ ਵਿੱਚ ਵੀ ਹਮੇਸ਼ਾ ਇਹ ਕਹਿੰਦੇ ਨੇ ਇੱਕ ਓਂਕਾਰ ਪਰਿਵਾਰ ਜੁੜਿਆ ਹੈ। ਇੱਕ ਓਂਕਾਰ ਪਰਿਵਾਰ ਦਾ ਆਖਰੀ ਅਰਥ ਗੁਰਬਾਣੀ ਅਨੁਸਾਰ ਇਹ ਹੈ, ਏਕ ਪਿਤਾ ਏਕ ਸਗੇ ਹਮ ਬਾਰਕ। ਜੇ ਭਲਾ ਸਾਰਾ ਸੰਸਾਰ ਹੀ ਇਹ ਮਹਿਸੂਸ ਕਰ ਲਏ ਕਿ ਇੱਕ ਪਿਤਾ ਇੱਕ ਕਿਸਕੇ ਹਮ ਬਾਰਕ, ਸੰਸਾਰ ਸਵਰਗ ਹੋ ਜਾਏ, ਵੈਕੁੰਠ ਹੋ ਜਾਏ। ਪਰ ਇਹ ਧਰਮ ਨਾਮ ਥੱਲੇ ਪਈਆਂ ਹੋਈਆਂ ਕਿਸਾਈਆਂ ਵੱਲੋਂ ਵੰਡੀਆਂ ਅਤੇ ਇੱਕ ਦੂਜੇ ਵੱਲੋਂ ਨਫ਼ਰਤ, ਇਸ ਨੇ ਸਵਰਗ ਰੂਪੀ ਸੰਸਾਰ ਨੂੰ ਨਰਕ ਬਣਾਇਆ ਹੋਇਆ ਹੈ। ਉਸ ਦਿਨ ਬਾਬਾ ਰਵਿਦਾਸ ਜੀ ਦਾ ਇੱਕ ਸ਼ਬਦ ਆਇਆ ਸੀ ਜਿਹਦੇ 'ਚ ਉਹਨਾਂ ਲਫ਼ਜ਼ ਕਹੇ ਸੀ, ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਦੇਵ ਨਹੀਂ ਥਾਓ, ਨਾ ਤਸਬੀਸ ਖੁਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਏ ਖੂਬ ਵਤਨ ਗਏ ਪਾਈ,
ਊਆਂ ਖੈਰ ਸਦਾ ਮੇਰੇ ਭਾਈ। ਅੱਗੇ ਉਹਨਾਂ ਕਿਹਾ ਸੀ ਦੋਮ ਨਾ ਸੋਹਿਮ ਨਾ ਏਕ ਸੋਹ, ਭਾਵ ਦੂਜੇ ਨੰਬਰ ਦਾ ਸ਼ਹਿਰੀ, ਤੀਜੇ ਨੰਬਰ ਦਾ ਸ਼ਹਿਰੀ, ਆ ਨੀਵਾਂ ਆ ਉੱਚਾ। ਕਹਿਣ ਲੱਗੇ ਮੇਰੇ ਦੇਸ਼ ਵਿੱਚ, ਮੇਰੇ ਸ਼ਹਿਰ ਵਿੱਚ ਕੋਈ ਨਹੀਂ। ਜੋ ਹਮ ਸ਼ਹਿਰੀ, ਅਖੀਰ ਦੇ ਲਫਜ਼ ਸਨ, ਕਹਿ ਰਵਿਦਾਸ ਖਲਾਸ ਚੁਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਜਿਹੜਾ ਵੀ ਮੇਰੇ ਸ਼ਹਿਰ ਰੂਪੀ ਬੇਗਮਪੁਰਾ ਵਿੱਚ ਰਹਿਣ ਵਾਲਾ ਹੈ, ਇੱਕ ਪਿਤਾ ਹੈ, ਕਿਸਕੇ ਮੁਬਾਰਕ ਹੈ, ਉਹ ਮੇਰਾ ਮਿੱਤਰ ਹੈ, ਕਦੀ ਦੁਸ਼ਮਣ ਹੋ ਹੀ ਨਹੀਂ ਸਕਦਾ। ਇਹਨਾਂ ਸ਼ਬਦਾਂ ਨਾਲ ਖਿਮਾਉਂਦਾ ਜਾ ਚੁੱਕਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।